ਸਲਾਮੁਅਲੈਕਮ ਜੀ। ਵਾਲੇਕੁਮ ਸਲਾਮ। ਇੱਧਰ ਆ ਭਾਜੀ, ਫਲਾਵਰ ਬੁੱਕੇ ਭਾਜੀ। ਹਾਂਜੀ ਹਾਂਜੀ, ਬੁੱਕੇ ਹੀ ਚਾਹੀਦੇ ਭਾਜੀ, ਫੁੱਲ ਵੀ ਚਾਹੀਦੇ ਨੇ। ਹਾਂਜੀ ਬੁੱਕੇ। ਅੱਛਾ ਜੀ ਭਜਨ, ਇਹ ਕਿੰਨੇ ਦਾ ਬੁੱਕੇ ਵਾਲਾ? ਇਹ ਭਾਜੀ 1400 ਰੁਪਏ ਦਾ। 1400 ਰੁਪਏ ਦਾ ਠੀਕ ਹੋ ਗਿਆ। ਅਤੇ ਛੋਟਾ ਵਾਲਾ? ਇਹ 800 ਰੁਪਏ ਦਾ ਭਾਜੀ। 800 ਤੋਂ ਰੈਡ ਚੁੱਪੜ ਜਿਹੜਾ ਪਿਆ ਵੱਡਾ ਵਾਲਾ, ਉਹ ਵੀ 1400 ਦਾ ਭਾਜੀ। 1400 ਦਾ ਸਰ ਜੀ ਭਾਈ, ਰੇਟ ਵੇਖ ਰਹੇ ਹੋ ਮੋਬਾਈਲ? ਨਹੀਂ 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 ਜੀ ਭਾਈ, ਬਾਕੀ ਸ਼ਾਇਦ ਭਾਈ ਇਹ 1400 ਰੁਪਏ ਦਾ। ਹਾਂਜੀ ਉਹ ਵੀ 1400 ਰੁਪਏ ਦਾ, ਇਹ ਸਾਰੀ ਛੋਟੇ ਜਿਹੜੇ 800 ਰੁਪਏ ਦੇ। ਅੱਛਾ ਅੱਛਾ, ਛੋਟੇ 800 ਰੁਪਏ ਦੇ ਪਾਓ, ਬਿਲਕੁਲ ਹੀ ਛੋਟਾ ਜਿਹਾ ਲੱਗਦਾ, 6 ਮਹੀਨੇ ਦਾ ਹੈ ਨਾ ਛੋਟਾ ਜਿਹਾ ਭਾਈ। ਇਹ ਤੁਹਾਡੇ ਤੇ ਕੀੜੇ ਚੜਨ ਦੇ ਵੀ, ਕਿਤੇ ਸ਼ਰਟ ਕਿਤੇ ਸਿਰੇ ਵਾਲੀ ਪਾਏ? ਓਏ ਹੋਏ, ਅਸਲ 'ਚ ਨਾ ਮੇਰਾ ਖਿਆਲ ਸ਼ਰਟ ਨਾ ਡੱਬੇ ਥੱਲੇ ਪਈ ਨਹੀਂ, ਮਠਿਆਈ ਵਾਲੇ ਡੱਬੇ ਥੱਲੇ। ਹਾਂਜੀ ਉਹ ਵੀ ਭਾਈ ਹੋ ਗਿਆ ਫੈਕਟ। ਇਹ 700 ਰੁਪਏ, ਇਹ 700 ਰੁਪਏ ਦਾ, ਵੈਰੀ ਗੁੱਡ। ਇਹ ਤਾਂ ਬਿਲਕੁਲ ਹੀ ਛੋਟਾ, ਕੋਈ ਨਾ ਉਹਨੂੰ ਵੀ ਰੱਖਿਆ ਜਾਂ ਵੈਸੇ ਬਿਲਕੁਲ ਛੋਟਾ ਲੱਗ ਰਿਹਾ ਭਾਜੀ। ਇਹਨੇ ਬੁੱਕੇ ਇਹ ਦੇਖੋ, ਤੁਹਾਨੂੰ ਇਹ ਅਹਿਮਦ ਖਾਨਾ ਭਾਜੀ ਹੈ। ਹਾਂਜੀ ਹਾਂਜੀ, 1400 ਰੁਪਏ ਦੇਖੋ। ਵਾਹ ਵਾਹ ਵਾਹ, ਕਿਸੇ ਲਈ ਤੁਸੀਂ ਲੈ ਕੇ ਜਾਂਦੇ ਹੋ, ਕਿਸੇ ਦੋਸਤ ਵਾਸਤੇ, ਕਿਸੇ ਅਜ਼ੀਜ਼ ਵਾਸਤੇ, ਔਰ ਤੁਹਾਨੂੰ ਸੋਰੀ ਕਿਸੇ ਵਾਸਤੇ ਤੁਸੀਂ ਲੈ ਕੇ ਜਾਂਦੇ ਹੋ, ਕਿਸੇ ਅਜ਼ੀਜ਼ ਦੋਸਤ ਵਾਸਤੇ, ਔਰ ਦੇਖ ਕੇ ਦਿਲ ਖੁਸ਼ ਹੋਏਗਾ। ਨਹੀਂ ਬੁੱਕੇ ਤਾਂ ਵਾਕਈ ਐਸੇ ਹੀ, ਤੇ ਬੰਨਿਆ ਕਿਉਂ, ਦਫਨਾਉਣ ਲੱਗੇ ਇਹਨੂੰ? ਮੈਂ ਤਾਂ ਗੁੱਠੇ ਬੰਨੇ ਨਹੀਂ, ਲੜ ਬੰਨੇ ਲੱਗਦਾ ਭਾਈ ਜਾਨਾ, ਬੁੱਕੇ ਆ। ਅੱਛਾ ਜੀ ਬੁੱਕੇ, ਚਲੋ ਗੱਡੀ 'ਚ ਰੱਖਦੇ ਹਾਂ ਭਾਜੀ। ਨਹੀਂ ਉੱਥੇ ਰੱਖ ਦਿਉ, ਉੱਥੇ ਰੋਣ ਡਿਆ ਸੀ ਹਾਲੇ, ਠਹਿਰ ਉੱਥੇ ਰੱਖ, ਮੈਂ ਲੈ ਲੈਂਦਾ। ਗੱਡੀ 'ਚ ਕੀ ਗੱਲ, ਗੱਡੀ 'ਚ ਰੱਖ ਦਿੰਦਾ ਮੈਂ। ਉਹ ਭਾਈ ਨੇ ਗੱਡੀ 'ਚ ਹੋਰ ਵੀ ਸਮਾਨ ਪਿਆ ਹੋ ਕਿ ਇਹੀ ਰੱਖਣਾ ਮੈਂ ਇਕੱਲਾ? ਉੱਥੇ ਕੀਟਾਂ ਰੱਖੀਆਂ ਗੱਡੀ 'ਚ? ਉੱਥੇ ਰੱਖੋ ਸਰ, ਮਿਹਰਬਾਨੀ, ਉੱਧਰ ਰੱਖੋ ਨਾ ਹਾਲੇ। ਮੈਂ ਤਾਂ ਕਿਉਂ ਕਰਾਂ, ਆਖਰੀ ਪੀਸਾ ਵਿਕ ਗਿਆ ਭਾਜੀ, ਤੁਸੀਂ ਐਡੀ ਦੂਰੋਂ ਆਏ ਆ, ਚੱਲ ਕੇ ਮੈਂ ਕਹਿੰਦਾ ਦੁਬਾਰਾ ਨਹੀਂ ਬਣਨਾ ਇਹ, ਹੱਥ ਕੱਢਤੇ ਉਹਨੇ ਬਣਾ ਕੇ ਜਿਹੜਾ ਬਣਾਉਂਦਾ, ਮਤਲਬ ਕਿ ਇਹ ਕੀ ਗੱਲ ਹੀ ਸਮਝੋ ਵੀ ਐਡਾ ਸ਼ਾਹਕਾਰ ਬਣਾ ਲਿਆ ਉਹਨੇ, ਹੱਥ ਕੱਢ ਦੇ ਕੇ ਇਹਦੇ ਬਾਅਦ ਮੈਂ ਬਣਾਉਣਾ ਨਹੀਂ ਭਾਈ। ਇਹ ਕੈਂਚੀ ਵਾਲਾ ਕਿਤੇ ਬੁੱਕੇ ਆ ਆ, ਤਾਂ ਫਿਰ ਉੱਥੇ ਰੱਖ ਦਿਉ ਨਾ। ਨਹੀਂ ਮੈਂ ਪਤਾ ਕਿਉਂ ਕਹਿੰਦਾ, ਗੱਡੀ 'ਚ ਭਾਈ ਦੇਖੋ, ਇਹਦੇ ਨਾਲ ਤਾਂ ਹੋਰ ਕੋਈ ਨਹੀਂ ਆਗਾ, ਮੁੜ ਕੇ ਤੁਸੀਂ ਕਹੀ ਜਾਓ ਵੀ ਉਹਦੇ ਨਾਲ ਤਾਂ ਹੋਰ ਲੈ ਗਿਆ, ਕਿਉਂਕਿ ਗਾਹਕ ਆਉਂਦੇ ਜਾਂਦੇ ਰਹਿੰਦੇ ਆ। ਅੱਛਾ ਅੱਛਾ, ਹਾਂਜੀ ਕੋਈ ਵਿਕ ਗਿਆ, ਮੁੜ ਕੇ ਤੁਸੀਂ ਦੇਖਦੇ ਰਹੋ। ਨਹੀਂ ਤੁਸੀਂ ਇਹ ਕਸਮ ਖਾਧੀ ਹੈ ਜਾਂ ਕੋਈ ਐਗਰੀਮੈਂਟ ਕੀਤਾ ਕਿ ਜਿਹੜੀ ਚੀਜ਼ ਦੁਕਾਨ 'ਚੋਂ ਇੱਕ ਵਾਰੀ ਬਾਹਰ ਆ ਗਈ ਉਹ ਦੁਬਾਰਾ ਸ਼ੋਰੂਮ 'ਚ ਜਾਣੀ ਨਹੀਂ ਅੰਦਰ? ਇਹ ਗੱਡੀ ਮੈਂ ਤਾਂ ਕਹਿਣਾ ਵੀ ਰਾਤ ਮਤਲਬ ਗੱਡੀ ਤੁਹਾਡੀ 'ਚ ਏ ਸੀ ਵੀ ਲੱਗਾ ਹੋਣਾ, ਠੰਡਾ ਰਹੇਗਾ ਜ਼ਰਾ। ਕੀ ਘਬਰਾਉਂਦਾ ਇਹਨੂੰ, ਘਬਰਾ ਪੈਂਦਾ ਇਹਨੂੰ ਵੀ ਇੱਥੇ ਕੀ, ਇਹਨੂੰ ਕੀ ਹੈ? ਨਹੀਂ ਗੱਡੀ 'ਚ ਏ ਸੀ ਨਹੀਂ ਲੱਗਾ ਤੁਹਾਡੀ, ਏ ਸੀ ਹੈ ਤਾਂ ਇਹਨੂੰ ਏ ਸੀ ਜ਼ਰੂਰੀ ਹੈ ਕੋਈ? ਨਹੀਂ ਚਲਾਉਂਦੇ ਨਹੀਂ ਏ ਸੀ। ਉੱਥੇ ਰੱਖੋ ਯਾਰ, ਉੱਥੇ ਰੱਖ ਦੂ, ਤੂੰ ਐਂ ਚੁੱਕਿਆ ਜਾਵੇ ਤੇਰਾ ਵੱਡਾ ਮੁੰਡਾ, ਤੂੰ ਛੱਡਦਾ ਹੀ ਨਹੀਂ ਉਹਨੂੰ, ਰੱਖ ਦੇ। ਅੱਛਾ ਅੱਛਾ ਜੀ, ਹਾਂਜੀ ਇਹ ਸਸਤਾ ਭਾਜੀ? ਹਾਂ ਇਹ ਸਸਤਾ ਹੀ ਹੈ, ਵੈਰੀ ਗੁੱਡ ਯਾਰ। 700 ਰੁਪਏ? 700 ਦਾ। ਅੱਛਾ ਅੰਗਰੇਜ਼ ਉੱਤੇ ਉਹ ਲਾ ਦਈਏ ਰੱਸੀਆਂ ਦੀਆਂ ਅਤੇ ਅੱਗ ਲਾ ਕੇ, ਉਹ ਜਿਹੜਾ ਅੰਗਰੇਜ਼ ਲੱਗ ਜਾਂਦੇ ਵਿਸ਼ਾਲ ਟਾਈਪ ਹੈ ਨਾ, ਉਹ ਵਾਲਾ ਕੀ ਜੀ? ਨਹੀਂ ਮੇਰੇ ਬੁੱਕੇ ਤੁਸੀਂ ਕੀ ਕਿਹਾ, ਜੈਬ ਹੈ ਕੀ? ਪਰੇ ਰੱਖੇ ਚੁਗਲਖੋਰ ਆ, ਮਤਲਬ ਵਿੱਚ ਨਹੀਂ ਲਾਏ? ਨਹੀਂ ਉਹ ਭਾਜੀ ਪੱਤੀਆਂ ਨਾ, ਕੱਲੀਆਂ ਪੱਤੀਆਂ ਵਾ, ਉਹ ਗਾਹਕ ਕੋ ਆਏ ਨਾ, ਪੱਤੀਆਂ ਵੀ ਲੈਣ ਆ ਜਾਂਦੇ। ਹਾਂ ਪੱਤੀ ਪੱਤੀ ਬੂਟਾ ਬੂਟਾ ਹਾਲ ਹਮਾਰਾ ਜਾਣੇ। ਸ਼ਾਬਾਸ਼ ਵਾਹ। ਅੱਛਾ ਇਹ ਆਪਣਾ ਫੁੱਲ ਤਾਜ਼ਾ ਨੇ ਸਾਰੇ ਭਾਜੀ? ਤਾਜ਼ਾ ਹੈ, ਇਹ ਵੀ ਦੇਖੋ, ਇਹ ਵੀ ਲੱਗੇ ਨੇ। ਅੱਛਾ ਇਹ ਵੀ ਤਾਜ਼ਾ, ਸਾਰੇ ਤਾਜ਼ਾ ਫੁੱਲ ਆ ਭਾਜੀ, ਤਾਜ਼ਾ ਫੁੱਲ ਜੀ ਭਾਜੀ, ਇਹ ਦੇਖੋ ਇਹ ਸਾਰਾ ਤਾਜ਼ਾ ਹੀ ਭਾਜੀ। ਕਿੰਨੇ ਕੁ ਤਾਜ਼ਾ, ਹਾਲੇ ਧੂੰਆਂ ਨਿਕਲਣ ਡਿਆ ਵਿੱਚੋਂ ਇਹਨਾਂ ਦਾ ਵੀ ਹੁਣੇ ਲਾਏ ਗਏ ਚੁੱਲ੍ਹੇ ਤੋਂ? ਭਾਜੀ ਤਾਜ਼ਾ ਫੁੱਲ ਤੁਸੀਂ ਕਿਹਾ, ਮੈਂ ਤੁਹਾਨੂੰ ਤਾਜ਼ਾ ਦਿਖਾ ਦਿੱਤੇ ਭਾਈ ਨੇ, ਤਾਜ਼ਾ ਕਿ ਥੱਲੇ ਕਿਹੜਾ ਗਮਲੇ ਲੱਗੇ ਥੱਲੇ ਤੋਂ ਪਾਉਂਦੇ ਜੋ ਰੈਪਰ ਚੜਾਏ ਉਹਨਾਂ ਨੂੰ, ਤਾਜ਼ਾ ਕਿਹੜੇ ਆ ਇਹ? ਉਹ ਭਾਜੀ ਬੁੱਕੇ ਗਮਲਿਆਂ ਸਮੇਤ ਨਹੀਂ ਹੁੰਦੇ, ਉਹ ਇੱਦਾਂ ਹੀ ਤਿਆਰ ਕਰੀਦੇ ਸਾਰੇ, ਮਿਹਨਤ ਹੁੰਦੀ ਹੈ ਬਕਾਇਦਾ। ਉਹ ਫੁੱਲ ਤਾਂ ਬਿਲਕੁਲ ਦਿਲ ਛੱਡ ਗਏ, ਉਹ ਤਾਂ ਐਂ ਲੱਗਦਾ ਵੀ ਇੱਧਰ ਵੜੇ ਨਹੀਂ ਕੋਈ ਕਿੰਨੇ ਸਾਲ ਹੋ ਗਏ। ਤੁਸੀਂ ਹੱਥ ਵਾਰ ਵਾਰ ਨਾ ਕਰੋ, ਕਿਤੇ ਜਹਾਨ ਨਾ ਛੱਡ ਜੂਵੇ। ਨਹੀਂ ਵੇਖੋ ਨਾ, ਉਹ ਤਾਂ ਬਿਲਕੁਲ ਹੀ ਬੇੜਾ ਗਰਕ ਹੋਇਆ ਬੁੱਕੇ। ਅੱਛਾ ਇਹ ਦੇਖੋ ਭਾਜੀ, ਇਹ ਬਹੁਤ ਖੂਬਸੂਰਤ ਹੈ। ਹਾਂ ਇਹ ਸਫੈਦ ਫੁੱਲ ਹੈ, ਤੁਹਾਡੇ ਖੂਨ ਵਰਗਾ ਹੀ ਹੈ। ਵੈਰੀ ਗੁੱਡ ਯਾਰ, ਪਿੰਕ ਵੀ ਹਲਕਾ ਹਲਕਾ ਹੈ। 800 ਭਾਜੀ ਹੈ? 800 ਫੁੱਲ ਹੈ ਕਿ 800? ਇਹਦਾ ਰੇਟ ਦੱਸ ਰਹੇ 800? ਰੇਟ 800 ਹੈ ਇਹਦਾ। ਅੱਛਾ ਮਲਟੀ ਗੈਸ ਕਰਕੇ ਤਾਂ ਰੇਟ 800 ਆ। ਕਿਹੜੀ ਉਲਟੀ ਹੈ? ਮਲਟੀ ਮਲਟੀ। ਅੱਛਾ ਮਲਟੀ, ਹਾਂਜੀ ਮੁਖਤਲਿਫ ਸ਼ੇਡਸ ਹੈਗੇ ਨੇ।
मल्टी है मुख्तलिफ शेड से क्या हुआ सफेद फूल में क्यों लाए नफरत भी हल्की हल्की तू भाई खूबसूरती है देखो हल्के पिंक ने ए ग्रीन है ए वाइट है पता की करा पाए ताड़े को ना सौदा लैन नु दिल नहीं करा ताड़े दे फूल ही सफेद हो गए जब खून नहीं सफेद होंदे ओ भाई जी ने जरूरी हुंदी है कलरफुल स्कीम बनी है हां नहीं स्कीम केड़ी बनी प्लाट लेना एरे च मैं स्कीम केड़ी बनी ओ भरावा तू की आज किते की समझ नहीं आ रही यार मन फूल को बढ़िया जे दिखाओ बढ़िया जे ही अच्छी क्वालिटी जड़ी है ना को बुके बने ने वो दिखाओ क्वालिटी में केएफसी वाले ने फूल दिखा दे मन ਬਾਟ ਵਾਲੇ ਨੇ ਫੁੱਲ ਦਿਖਾ ਦਮ ਤਾਂ ਯਾਰ ਤੂੰ ਕਿਹਦੀ ਗੱਲ ਕਰ ਭਾਜੀ ਫੁੱਲ ਕੁਆਲਿਟੀ ਜਿਹੜੀ ਬਣ ਕੇ ਫੁੱਲ ਅੱਲਾ ਨੇ ਜਿਹੜੇ ਬਣਾਏ ਉਹ ਲਾ ਕੇ ਦੰਦੇ ਤੇ ਮੈਂ ਜਿਹੜੇ ਇਵੈਂਟ ਤੇ ਲੈ ਕੇ ਜਾ ਰਿਹਾ ਤੁਹਾਡੇ ਦਿਨ ਚ ਵੀ ਨਹੀਂ ਬਣ ਗਈ ਕਿੱਡਾ ਵੱਡਾ ਇਵੈਂਟ ਤੁਸੀਂ ਮੈਨੂੰ ਗੱਲਾਂ ਸੁਣਾ ਰਹੇ ਆਰਾਮ ਨਾਲ ਜਰਾ ਆਰਾਮ ਨਾਲ ਤੁਹਾਡੀ ਮਿਹਰਬਾਨੀ ਆਰਾਮ ਨਾਲ ਕੀ ਜਿਲਦ ਦੀ ਬਿਮਾਰੀ ਨੂੰ ਫੋੜੇ ਨਿਕਲੇ ਆਰਾਮ ਨਾਲ ਕੀ ਅੱਛਾ ਦੇਖੋ ਭਾਜੀ ਇਹ ਲੱਗਿਆ ਮਿਸਕਾ ਇਹ ਲੈ ਜਾ ਇਹ ਲੋ ਆ ਤਾਂ ਬਿਲਕੁਲ ਆ ਮੇਰੇ ਤੋਂ 15 ਕਿ ਮਿੰਟ ਪਿੱਛੇ ਨੇ ਬਿਲਕੁਲ ਕਾਲੇ ਹੋ ਗਏ ਭਾਜੀ ਕਾਲੇ ਨਾ ਕਹੋ ਇਹਨੂੰ ਕੀ ਹੈ ਚਾਕਲੇਟ ਕਲਰ ਆਏ ਨਹੀਂ 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 ਹਾਂ ਤੇ ਆ ਕਾਦੇ ਲਈ ਰੱਖੇ ਇਹਦੇ ਨਾਲ ਫੁੱਲ ਖੁਸ਼ ਰਹਿੰਦੇ ਇੱਥੇ ਭਾਜੀ ਅੱਜ ਕੱਲ ਨਾ ਇਹ ਵੀ ਮਾਰਕੀਟ ਚ ਇਹਨਾਂ ਅੱਛਾ ਇਹ ਵੀ ਬੱਚੇ ਦੀ ਸਾਲਗਿਰਾ ਤੁਸੀਂ ਉਹਨੂੰ ਦੇ ਸਕਦੇ ਹੋ ਅੱਛਾ ਅੱਛਾ ਠੀਕ ਹੋ ਗਿਆ ਅੱਛਾ ਕਿਸੇ ਬੱਚੇ ਦੀ ਸਾਲਗਿਰਾ ਉਹਨੂੰ ਦੇ ਸਕਦੇ ਜੀ 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 ਲੈ ਜਾਓ ਇਹ ਵੀ ਲੈ ਜਾਓ ਬਹੁਤ ਅੱਛਾ 2000 ਦਾ ਭਾਜੀ ਕਿੰਨੇ ਦਾ ਜੀ ਭਾਜੀ 2000 ਰੁਪਏ ਦਾ ਤੁਹਾਨੂੰ ਪਤਾ ਡਾਲਰ ਕਿੱਥੇ ਚਲਾ ਗਿਆ ਕਿੱਥੇ ਚਲਾ ਗਿਆ ਡਾਲਰ ਤੈਨੂੰ ਪਤਾ ਕਿੱਥੇ ਗਿਆ ਕਿੱਥੇ ਗਿਆ ਮੈਨੂੰ ਤਾਂ ਨਹੀਂ ਪਤਾ ਕਿੱਥੇ ਗਿਆ ਡਾਲਰ ਭਾਜੀ ਮੈਂ ਤੁਹਾਨੂੰ ਖੁਦਾ ਦੀ ਕਸਮ ਮੈਨੂੰ ਨਹੀਂ ਪਤਾ ਤੂੰ ਮੇਰੇ ਨਾਲ ਚੱਲ ਵਹਾ ਮੈਨੂੰ ਕਿੱਥੇ ਗਿਆ ਉਹਨੂੰ ਜਗ੍ਹਾ ਵਹਾ ਦੇ ਮੈਂ ਆਪੇ ਕਰ ਲਿਆਵਾਂਗਾ ਭਾਜੀ ਮੇਰੀ ਗੱਲ ਸਿਰ ਗਿਆ ਕਿੱਥੇ ਡਾਲਰ ਉਹ ਮੇਰੀ ਗੱਲ ਤੇ ਕਿਤੇ ਵੀ ਨਹੀਂ ਗਿਆ ਖੁਦਾ ਦੀ ਕਿਸਮ ਮੈਂ ਨਾ ਇਥੋਂ ਮੰਗਾਈ ਗਈ ਨਾ ਡਾਲਰ ਗਿਆ ਉਹ ਭਰਾਵਾ ਮੇਰੀ ਗੱਲ ਤੇ ਸਮਝ ਮੈਂ ਤੈਨੂੰ ਕਹਿਣ ਕੀ ਡਿਆ ਮੇਰਾ ਮਤਲਬ ਕਿ ਰੇਟ ਬਹੁਤ ਚੜ ਗਿਆ ਡਾਲਰ ਦਾ ਛੱਡ ਦੇ ਤੂੰ ਪਹਿਲੇ ਮੈਨੂੰ ਡਾਲਰ ਵਾਲੀ ਗੱਲ ਕਰੇ ਤੇ ਮੈਂ ਬਾਅਦ ਵਿੱਚ ਲੈ ਲਾਂਗਾ ਡਾਲਰ ਕਿੱਥੇ ਗਿਆ ਕੌਣ ਲੈ ਗਿਆ ਡਾਲਰ ਉਹ ਭਰਾਵਾ ਕਿਤੇ ਨਹੀਂ ਗਿਆ ਮੈਨੂੰ ਮਾਫੀ ਦੇ ਦੇ ਦੇਖੋ ਸਾਹਿਬ ਜੀ ਤੁਹਾਡੀ ਮਿਹਰਬਾਨੀ ਆ ਦੇਖੋ ਕੀ ਚਾਹੀਦਾ ਤੂੰ ਡਾਲਰ ਦੀ ਗੱਲ ਲੈ ਕੇ ਬਹਿ ਕੇ ਮੈਂ ਤੇਰੇ ਫੁੱਲਾਂ ਦੀ ਕਰਨ ਡਿਆ ਆ ਫੁੱਲਾਂ ਦੀ ਆ ਦੇਖ ਤੂੰ ਪਹਿਲੇ ਡਾਲਰ ਵਾਲੀ ਗੱਲ ਮੁਕਾ ਜੋ ਬਾਅਦ ਭਰਾਵਾ ਮੁੱਕ ਗਈ ਡਾਲਰ ਵਾਲੀ ਗੱਲ ਆ ਦੇਖ ਲੈ ਤੇਰੀ ਮਿਹਰਬਾਨੀ ਕੰਮ ਦਾ ਟਾਈਮ ਜੇ ਗਾਹ ਗਾਈ ਗਿਆ ਤੋ ਹੀ ਤੇਰੀ ਖੈਰ ਹੋ ਗਈ ਨਹੀਂ ਕੰਮ ਤੇ ਤੇਰਾ ਬਹੁਤ ਤੇਜ਼ ਹੈ ਮੈਨੂੰ ਘੰਟਾ ਹੋ ਗਿਆ ਅਲਹਮਦੁਲਿਲਾ ਕੋਈ ਗਾਗ ਨਹੀਂ ਵੜਿਆ ਕੰਮ ਤੇ ਤੇਰਾ ਬਹੁਤ ਤੇਜ਼ ਆ ਪਰਚੀ ਲੈ ਕੇ ਤੇ ਮੈਂ ਆਇਆ ਤੇ ਟੋਕਨ ਲਵਾ ਕੇ ਤੁਹਾਡੇ ਭਾਜੀ ਮੈਨੂੰ ਫੁੱਲ ਦੇ ਦਿਓ ਭਾਜੀ ਤੁਹਾਡੇ ਹੁੰਦੇ ਗਾਹਕ ਬਣਨਾ ਵੀ ਨਹੀਂ ਤੁਹਾਡੇ ਹੁੰਦੇ ਕੀੜੇ ਮਕੌੜੇ ਬਣਨੇ ਉਹ ਮੇਰਾ ਆਦਬ ਕਰਦੇ ਆ ਮੇਰਾ ਹਿਆ ਕਰਦੇ ਗਾਹਕ ਮੇਰੇ ਹੁੰਦੇ ਕਿਉਂ ਨਹੀਂ ਆਉਂਦੇ ਅੱਛਾ ਚਲੋ ਆਹ ਦੇਖੋ ਆਹ ਭਾਜੀ ਆਹ ਖੂਬਸੂਰਤ ਆਹ ਦੇਖੋ ਤੁਹਾਨੂੰ ਲੋਕ ਕਿਤੇ ਖੂਬਸੂਰਤ ਆਹ ਦੇਖੋ ਵੈਰੀ ਗੁੱਡ ਯਾਰ ਔਰ ਇਹ ਫੁੱਲ ਨੇ ਭਾਜੀ ਤਾਜ਼ਾ ਤਾਜ਼ਾ ਫੁੱਲ ਐ ਸਿਰਫ 8 ਮਿੰਟ ਪਹਿਲੇ ਤਿਆਰ ਹੋਇਆ ਜੀ ਵੈਰੀ ਗੁੱਡ ਤਾਜ਼ਾ ਹੈ ਹਾਂਜੀ ਤਾਜ਼ਾ ਭਾਜੀ ਤੇ ਇਹਦੇ ਨਾਲ ਰਾਇਤਾ ਸਲਾਦ ਵੀ ਹੈ ਜੀ ਵੈਸੇ ਤਾਜ਼ਾ ਲਾਗ ਲਾਏ ਹੁੰਦੀ ਕੜਾਈ ਤੋਂ ਤੇ ਰਾਇਤਾ ਸਲਾਦ ਮੈਂ ਤੁਹਾਨੂੰ ਬੁੱਕੇ ਦੇ ਰਿਹਾ ਕਿੰਨਾ ਕ ਤਾਜ਼ਾ ਯਾਰ ਇਹ ਵਾਹ 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 ਯਾਰ ਸਮੈਲ ਤੇ ਉਹਦੀ ਠੀਕ ਹੈ ਤੁਹਾਡੀ ਵੀ ਠੀਕ ਹੈ ਤੁਹਾਨੂੰ ਆ ਰਹੀ ਹੈ ਨਾ ਚੰਗੀ ਭਲੀ ਸ਼ੁਕਰ ਕਰੋ ਕੁਛ ਆ ਰਿਹਾ ਜੋ ਹਾਲਾਤ ਆ ਰੁਪਈਆ ਨਹੀਂ ਆਉਂਦੇ ਅੱਜ ਕੱਲ ਰੱਖੋ ਆ ਵੀ ਨਹੀਂ ਪਸੰਦ ਆਇਆ ਭਾਈ ਉਹ ਯਾਰ ਰੱਖੋ ਤੇ ਸਹੀ ਨਾ ਮੈਂ ਤੁਹਾਨੂੰ ਕਿਹਾ ਨਹੀਂ ਪਸੰਦ ਆਇਆ ਮੈਂ ਤਾਂ ਕਿਹਾ ਹੀ ਨਹੀਂ ਗੱਡੀ 'ਚ ਰੱਖ ਦੋ ਲੱਗ ਵੈਸੇ ਰੱਖ ਦੇ ਗੱਡੀ 'ਚ ਉਹ ਗੱਡੀ 'ਚ ਉਰਸ ਹੋਣ ਡਿਆ ਉੱਥੇ ਚੁੱਕ ਚੁੱਕ ਗੱਡੀ 'ਚ ਰੱਖੀ ਜਾਂਦਾ ਸਾਰੇ ਮਲਾ ਦਾ ਉੱਥੇ ਗੱਡੀ ਰੱਖ ਦਵਾਂ ਕਹਿੰਦਾ ਹੱਕ ਹਾ ਰੱਖ ਦੇ ਯਾਰ ਤੇ ਉਹ ਰੱਖਦਾ ਭਰਾਵਾ ਤੂੰ ਇਸ ਕਿਸਮ ਦਾ ਹੱਥ ਲਾਇਆ ਫੁੱਲ ਵੀ ਨਹੀਂ ਟਿਕਣ ਡਿਆ ਕੀ ਗੱਲ ਮੈਂ ਵਾਈਬ੍ਰੇਟ ਤੇ ਲਾਤਾ ਉਹਨੂੰ ਆ ਹੋਰ ਦੇਖੋ ਭਾਜੀ ਹੱਥ ਲਾਇਆ ਅੱਛਾ ਸੋਹਣੀ ਗੱਲ ਪਤਾ ਕੀ ਹੈ ਜੀ ਭਾਜੀ ਮੈਨੂੰ ਚਾਹੀਦੇ ਫੁੱਲ ਦੋ ਕਿਸਮ ਦੇ ਦੋ ਭਾਜੀ 17 ਕਿਸਮ ਦੇ ਫੁੱਲ ਲੱਗੇ 17 ਵਾਲੇ ਚਾਹੀਦੇ ਨਹੀਂ ਮੈਨੂੰ ਉਹ ਮੈਂ ਤੁਹਾਨੂੰ ਦੱਸਿਆ ਹੀ 17 ਨਹੀਂ ਮੈਂ ਕਿਉਂ ਲੈ ਕੇ ਜਾਣੇ 17 ਵਾਲੇ ਜਦੋਂ ਮੈਨੂੰ ਚਾਹੀਦੇ ਦੋ ਕਿਸਮ ਦੇ ਮੈਂ 17 ਵਾਲੇ ਕਿਉਂ ਲਾਵਾਂ ਉਹ ਭਰਾਵਾ ਮੈਂ ਤਾਂ ਗੱਲ ਹੀ ਕੀਤੀ ਹੈ ਤੂੰ ਦੋ ਕਿਸਮ ਦੇ ਲਾ ਜਾ ਦੋ ਯਾਰ ਤੂੰ ਗੱਲ ਕਿਉਂ ਕਰਦਾ ਤੂੰ ਕੰਮ ਕਰ ਰਿਹਾ ਤੂੰ ਗੱਲਾਂ ਕਰੀ ਜਾਂਦਾ ਤੂੰ ਕੰਮ ਕਰ ਐਵੇਂ ਹੀ ਖਪਾਉਣ ਡਿਆ ਨੂੰ ਦੋ ਕਿਸਮ ਦੇ ਫੁੱਲ ਵੀਰੇ ਚਾਹੀਦੇ ਮੈਨੂੰ ਭਾਜੀ ਦੋ ਕਿਸਮ ਦੇ ਆ ਲੈ ਜਾ ਈਵਨ ਦੋ ਆ ਇਹ ਕਾਲਾ ਗੁਲਾਬ ਅਨਾ ਰੈੱਡ ਗੁਲਾਬ ਕਿਹੜਾ ਗੁਲਾਬ ਕਾਲਾ ਗੁਲਾਬ ਤੇ ਲਾਲ ਗੁਲਾਬ ਇਹ ਕਾਲਾ ਕਿਉਂ ਜਰਗਾਨ ਹੋਇਆ ਇਹਨੂੰ ਕਾਲਾ ਕਿਉਂ ਆ ਅੱਛਾ ਉਹ ਜਿਹੜੇ ਵੱਡੇ ਵੱਡੇ ਫੁੱਲ ਆ ਉਹ ਮਤਲਬ ਕਿ ਉੱਤੇ ਲੈ ਕੇ ਸੌਣ ਵਾਲੇ ਐਡੇ ਐਡੇ ਵੱਡੇ ਕਿਉਂ ਆ ਤੁਸੀਂ ਇਹਨੂੰ ਆ ਜਾਓ ਜਰਾ ਹੱਥ ਨਾਲ ਲਾਓ ਤੁਹਾਡੀ ਖੈਰ ਹੋ ਗਈ ਤਾਜ਼ਾ ਸ਼ਾਮਾਂ ਮਾ ਕੀ ਉਹ ਮੈਂ ਮਾੜੇ ਜੇ ਤੁਸੀਂ ਇਹਨੂੰ ਉਹਨੂੰ ਮੈਂ ਤੈਨੂੰ ਵਿਖਾਉਣਾ ਭਾਜੀ ਇੱਧਰ ਆਓ ਅੱਛਾ ਅੱਛਾ ਲਿਆਓ ਹੁਣ ਦੱਸੋ ਕਿਹੜੀ ਸ਼ਾਇਦ ਦਾ ਬੇੜਾ ਕਰਨਾ ਕਿਹੜੀ ਸ਼ਾਇਦ ਖਾਵਾਂ ਹਾਂ ਨਹੀਂ ਦਿਖਾਉਣਾ ਤੁਸੀਂ ਕੀ ਹਰ ਸ਼ਾਇਦ ਸਾਹਮਣੇ ਪਈ ਅੱਛਾ ਉਹ ਜਿਹੜਾ ਦਿਲ ਹੈ ਉਹ ਚ ਸਰਾਖ ਆਈ ਉਹ ਨਾ ਲਿਓ ਹੈ ਦੇ ਦਿਓ ਮੈਂ ਇਲਾਜ ਕਰਾ ਲਾਂਗਾ ਉਹਦਾ ਦੇ ਦਿਓ ਸਰਾਖਾਂ ਦੇ ਲਈ ਉਹਦੇ ਇਹ ਹੁਣ ਸਿੱਧਾ ਪਾਣੀ ਪੀਣੇ ਦੇ ਤੁਸੀਂ ਹਾਂਜੀ ਸਰਾਖਾਂ ਦੇ ਲਈ ਦਿਲ ਚ ਸਰਾਖ ਨਹੀਂ ਹੁੰਦਾ ਅਕਸਰ ਅੱਛਾ ਕਿ ਦੇਖੋ ਭਾਜੀ ਕਿਹੜੇ ਚਾਹੀਦੇ ਕਿਹੜੇ ਅੱਛਾ ਇਹ ਜਿਹੜੇ ਛੋਟੇ ਛੋਟੇ ਦੇ ਲੈਣਾ ਹਾਂਜੀ ਇਹ ਤਿੰਨੇ ਦੇ ਦਿਓ ਕਿਉਂਕਿ ਲੋਕੀ ਤੋੜਦੇ ਬਹੁਤ ਆ ਇਹ ਭਾਜੀ ਗੱਲ ਮਾਰਫਤ ਦੀ ਗੱਲ ਕਰ ਗਏ ਤੁਸੀਂ ਹੈਨਾ ਤੁਹਾਡੇ ਤੋਂ ਵੈਸੇ ਉਮੀਦ ਨਹੀਂ ਸੀ ਹੈਗੀ ਮੈਨੂੰ ਵੀ ਤੁਹਾਡੇ ਕੋਲ ਉਮੀਦ ਨਹੀਂ ਸੀ ਕਿ ਤੁਸੀਂ ਇਹ ਕਾਰੋਬਾਰ ਕਰਦੇ ਹੋਵੋਗੇ ਅੱਛਾ ਕਾਰੋਬਾਰ ਇਹਨੂੰ ਕੀ ਆ ਕਾਰੋਬਾਰ ਉਹ ਲੇਕਿਨ ਤੁਹਾਡੇ ਜਿਹੜਾ ਬੰਦਾ ਕਰਨ ਡਿਆ ਅੱਛਾ ਘਟਾ ਰਹਿ ਗਿਆ
ਇੱਕ ਤੇ ਜੇ ਮੈਨੂੰ ਬਿਲਕੁਲ ਖਿੜੇ ਖਿੜੇ ਤਾਜ਼ਾ ਫੁੱਲ ਭਾਜੀ ਇੱਧਰ ਹੋ ਗਏ ਸੁਣ ਲਓ ਤਾਜ਼ਾ अच्छा एक तैयार हो गया हाँ जी एक क्या अच्छा तब मैं जाए फोन में मैंने चाहिए दो किस्म दे अच्छा एक गड्डी जर खाते हैं एक गड्डी जी की जाओ थे तेरे अच्छा ऐ हमने पसंद आ गया पाजी दो किस्म हाँ जी हाँ जी गड्डी जर खाते हैं गड्डी जी मुसारी लगन रही है सारे उत्तर खाई है नगी गलत नहीं भी तुसी पाजी गड्डी जर खाने हैं वो तो गड्डी जी बात रे को पहले गाल मोगते लाई यार पाजी मोगे गाल गड्डी जर खाने असी कड़ा को मार्केट नो को पता लगो बहुत है पैसे लेने अच्छा अच्छा और फोन में चाहिए ये एक तो हम थोड़े जो मुरझाए दे ऐसे लगे जो फोन रोंड है अथरू वाले फूल है तेरे को हैं सदमे वाले जो एंजल है सदमा तो उन्होंने आप ही पहना ही था तुझे फड़ने वो तो बात ही गलत है लेकिन तेरे को मैंने हेड चाहिए कि जेड़े ना बिल्कुल है मुरझाए जे हों पाजी है इनने फूल लगे कि इस किस्म का फूल चाहिए था तनुवा तड़ियां खाने रहे कि तैयार कर लाओ पता लगे तनुवा देखो सारा पाजी असल च ना मैं फूल जेड़े ना जी वधिया लेके जाना चाह रहे हैं पाजी है वधिया ही देखो हुणे ताजा ही आए थोड़ी देर पहले मुंडा बनवा के लाया बुके अच्छा, ताजा अच्छा, बाग जो पाजी अच्छा अच्छा जी जी ऐ मेनू बुके पसंद ऐ बुके पसंद आ ए तुसी हुणे इंज करना गड्डी च रखोने नहीं नहीं ओ गड्डी च की है यार उठे कख नहीं गड्डी गड्डी क्यारी है उठे गड्डी लबाड़ी भी मैं चेक करवाणी ओदे नहीं ते गड्डी पहले गल मुक ला तू गड्डी च रखा दमा कहंदा फटाफट ए के मुंह ना फड़ के ले जाने गड्डी च ले जाने ओ यार एक मिनट ठहर जा ऐ हुण जेड़े फुल है जी अच्छा ए सारीयां पत्तियां पुटियां ने इहदे कोल ला लो पत्तियां ला लिए सारे को थले पत्तियां ला के किन्ने दा ए ਪੱਤੀਆਂ ਲਾ ਕੇ ਮੈਂ ਮੁੜ ਕੇ ਚਾਹ ਚ ਪਾਉਣੀਆਂ ਯਾਰ ਉਹ ਤੁਹਾਡੀ ਹੈਡ ਕਿ ਮੇਰੀ ਤੇ ਨਹੀਂ ਨਾ ਮੈਨੂੰ ਤੇਰਾ ਫੁੱਲ ਚਾਹੀਦਾ ਉਹ ਭਰਾਵਾ ਸੀ ਬਗੈਰ ਪੱਤੀਆਂ ਤੋਂ ਟਾਣੀਆਂ ਵੇਚਣੀਆਂ ਆ ਲੈ ਜਾ ਸਾਡੇ ਕੋਲ ਘਰ ਪੱਤੀਆਂ ਲਾ ਪਵਾਂ ਵੀ ਲੈ ਲੈ ਸਾਨੂੰ ਕੀ ਤੁਸੀਂ ਪਹਿਲਾਂ ਕਿੰਨੇ ਦਾ ਗਿਆ ਸੀ ਇਹ ਮੈਂ 800 ਰੁਪਏ ਦਾ ਤੁਹਾਨੂੰ ਹੈ ਹਾਂ ਕੀ ਗੱਲ ਹੋਈ ਤੁਸੀਂ ਹੁਣੇ ਮੈਨੂੰ 1500 ਦਾ ਗਿਆ ਸੀ ਭਾਜੀ ਉਹ ਵੱਡਾ 1500 ਉਹ ਪਿੱਛੇ ਪੈ ਜਿਹੜਾ ਤੁਸੀਂ ਸਿੱਟਿਆ ਘੂਰੀ ਪਾ ਕੇ ਅੱਛਾ ਅੱਛਾ ਇਹ 800 ਵਾਲਾ ਇਹਦੀਆਂ ਤੁਸੀਂ ਥੱਲੇ ਉਹਨਾਂ ਪੱਤੀਆਂ ਲਾ ਲਓ ਤੇ ਟਾਣੀਆਂ ਦੀਆਂ ਲਾ ਲਓ ਸਾਰੀਆਂ ਕਿਉਂਕਿ ਇਹ ਫੁੱਲ ਜਿਹੜੇ ਨੇ ਹਾਂ ਖਿੜੇ ਖਿੜੇ ਸੋਹਣੇ ਹਾਂ ਜੀ ਖਿੜੇ ਖਿੜੇ ਤੇ असल च ना ये मेरे वड्डे भरा ने गल बहुत अच्छी की थी अच्छा ओदी मैं गल ते पौणे है हां हां जिनु कहंदे जी जा मैं तेरी गल ते फुल पार ते ओ आए अच्छा तन अच्छा ए हां जी ए पौणे मैं ओदे ते ठीक है जी ए रखो ए फाइनल आ पत्तियां ला लनी थल्ले ते गड्डी च रखा दवा हां क्योंकि ओ एडी भी अच्छी गल नहीं कि मैं पत्तियां भी नाल ही पा दियां अच्छा ठीक है और ए तुसी रखा देना गड्डी च ते दूजे जेड़े फुल है ना जी मैनु चाहिए ने जी मुरझाए जे मैं कहंदा जी रोण वाले लगन रोन वाले फुल मतलब कि आहो मुरझाए जे बिल्कुल ना गमगीन किस्म दे फुल अफसुरदा ओ की करने ओ जी मैं वारिस साहब दी कब्र ते पौणे छ ओ भरावा तो कब्रां वाले फुल नहीं लभदे हां तू फुल किते जाने किते होर पासे पत्तियां पुत्तियां लाया ते बुके पए नहीं ते ए केड़ा बुक होए बुके सारे भी मैं ना कब्र ते पौण वाले फुल मैं जेड़े ओ भी मैनूं चाहिए नाल हालांकि मिल जाते उत्थों मैनूं पता कब्रिस्तान दे बाहर फटे लगे हां जी लगे आ फटे लेकिन अब्बा जी कहंदे सी लोकल फुल नहीं पौणे पुत्तर फटे वाले अच्छी दुकान तों लैके पौणे ਬਾਈ ਤੁਹਾਡੇ ਫੌਤ ਹੋ ਗਏ ਹੈ ਕਿ ਮਰ ਗਏ ਨਹੀਂ ਕਬਰ ਦੇ ਵਿੱਚ ਮਤਲਬ ਕਿ ਕੋਈ ਬੰਦਾ ਬਿਜ਼ਨਸ ਕਰਨ ਗਿਆ ਉਹਨੇ ਮੈਂ ਤੁਹਾਨੂੰ ਪਹਿਲੇ ਕਿਹਾ ਕਬਰ ਦੇ ਪਾਉਣੇ ਅੱਛਾ ਕਬਰ ਦੇ ਮਰਦਾਂ ਦੇ ਕਬਰ ਬਣਦੀ ਤੁਹਾਡੀ ਤਾਂ ਵੈਸੇ ਜੀਨਾਂ ਦੇ ਵੀ ਬਣਨੀ ਚਾਹੀਦੀ ਆ ਤੁਸੀਂ ਸਾਰਾ ਖਲਾਰਾ ਪਵਾਤਾ ਲਿਆ ਕੱਖ ਵੀ ਨਹੀਂ ਮੈਂ ਤੁਹਾਡੇ ਕੋਲ ਲੈਣ ਤੇ ਡਿਆ ਕਬਰ ਤੇ ਪਾਉਣ ਵਾਲੇ ਫੁੱਲ ਦਿਓ ਨਹੀਂ ਆ ਤੁਸੀਂ ਪਹਿਲੇ ਕਿਹਨੇ ਭਾਈ ਦੀ ਮੈਂ ਗੱਲ ਤੇ ਪਾਉਣ ਹੁਣ ਕਬਰ ਤੇ ਪਾਉਣ ਵਾਲੇ ਤਨ ਮੈਂ ਕਿੱਥੋਂ ਦੇ ਦਵਾਂ ਇੱਥੋਂ ਦੇਣੀ ਹੋਰ ਕਿੱਥੋਂ ਦੇਣੀ ਕਾਰ ਜੀ ਤਾਂ ਤੂੰ ਇੰਜ ਉਤਰਨਾ ਸੀ ਵੀ ਤਾਂ ਸਾਰੀ ਦੁਕਾਨ ਖਰੀਦ ਲੈਣੀ ਕੰਮ ਤੇਰਾ ਭੋਰਾ ਬੰਦੇ ਵਾਲਾ ਨਹੀਂ ਹੈਗਾ ਤੇ ਮੈਨੂੰ ਪੁੱਛਿਆ ਕਾਰ ਤੇਰੀ ਆਪਣੀ ਕਿ ਨਹੀਂ ਹੋਦਾ ਤਾਂ ਰੈਂਟ ਦੀ ਹੋਵੇ ਫੇਰ ਮੈਂ ਤਾਂ ਤੇਰੇ ਨਾਲ ਦੇਖ ਕੇ ਚਾਹ ਚੜ ਗਿਆ ਸੀ ਹੁਣ ਖੌਫ ਆਉਣ ਡਿਆ ਕਿਤੇ ਨਾ ਧੋ ਤੂੰ ਕਿਤੇ ਗੁਲਾਬ ਤੂੰ ਮੈਨੂੰ ਚੁੰਮੀਆਂ ਦੇਣੀਆਂ ਨਾ ਧੋ ਕਾਦਲੀ ਤੂੰ ਗੁਲਾਬ ਲੈਣਾ ਤੂੰ ਕਿਤੇ ਲੰਡਾ ਫੋਲ ਜਾ ਕੇ ਲੰਡਾ ਫੋਲ ਜਾ ਕੇ ਕਾਦਲੀ ਉਥੋਂ ਲੱਭਦੇ ਆ ਇਹ ਉਹ ਤੇ ਕਿਹੜੀ ਦੁਨੀਆ ਤੇ ਰਹਿਣਾ ਤੂੰ ਲੱਭਦੇ ਇੱਕ ਸ਼ੈ ਨਹੀਂ ਲਈ ਸਿਰ ਖਾਣ ਲੱਗਦੇ ਫੋਲਦੇ ਮੈਨੂੰ ਇਸ ਲਈ ਤੁਹਾਡੀ ਕੰਮਾਂ 'ਚ ਬਰਕਤ ਨਹੀਂ ਹੈਗੀ ਅਗੋ ਗਾਹਕ ਨਾਲ ਬਹਿਸ ਕਰਦੇ ਤੁਸੀਂ ਬਹੁਤ ਜ਼ਿਆਦਾ ਗਾਹਕ ਹੋਵੇ ਤਾਂ ਨਾ ਬਹਿਸ ਤੂੰ ਗਾਹਕ ਤੂੰ ਤਾਂ ਲਾਸ਼ ਤੈਨੂੰ ਪਤਾ ਨਹੀਂ ਲੱਗਦਾ ਪਸੀਨੋ ਪਸੀਨੀ ਹੋ ਗਿਆ ਨਹੀਂ ਬਹਿਸ ਨਹੀਂ ਬਹਿਸ ਯਾਰ ਤੂੰ ਆਪਣਾ ਕਾਰੋਬਾਰ ਕਰ ਤੂੰ ਗੁਲਾਬ ਨਾ ਲੱਭ ਕੋਸੋਟੀ ਲੱਭ ਯਾਰ ਤੂੰ ਦੇ ਨਾ ਫੁੱਲ ਮੈਂ ਕਬਰ ਤੇ ਪਾਵਾਂ ਭਾਵੇਂ ਆਪਣੇ ਰਮਾਨਾ ਤੇ ਪਾਵਾਂ ਤੂੰ ਫੁੱਲ ਦੇ ਮੇਰੇ ਕੋ ਹੈ ਨਹੀਂ ਫੁੱਲ ਤੇਰੇ ਵਾਸਤੇ ਨਾਲ ਤੂੰ ਗੁਲਾਬ ਨਾ ਲੱਭ ਕੋਸੋਟੀ ਲੱਭ ਇਲਾਕੇ ਤੇ ਗੱਡਰ ਖੋਲ ਜਾ ਕੇ ਛੋਟੀ ਤੇ ਲੱਗਦੇ ਇਹ ਗੁਲਾਬ ਤੇਰਾ ਦਿਮਾਗ ਠੀਕ ਆ ਕਿਹੜਾ ਸਾਇੰਸਦਾਨ ਹੋ ਤੂੰ ਸਾਇੰਸਦਾਨ ਤੁਹਾਨੂੰ ਕਾਰੋਬਾਰ ਕਰਨਾ ਨਹੀਂ ਹੁੰਦਾ ਤੁਹਾਨੂੰ ਲੋਕਾਂ ਨੂੰ ਕਾਰੋਬਾਰ ਫਿਰ ਘਰ ਦੇ ਕਹਿੰਦੇ ਜੀ ਕਾਰੋਬਾਰ ਹੈ ਨਹੀਂ ਕਰੋਗੇ ਤੇ ਹੋਏਗਾ ਉਹ ਭਰਾਵਾ ਹੈ ਨਹੀਂ ਕਾਰੋਬਾਰ ਜਾ ਕੇ ਤੇ ਹੋਰ ਲੈ ਲਾ ਜਾ ਕੇ
ਦੇ ਕਵਰ ਦੇ ਪਾਣ ਵਾਲੇ ਫੁੱਲ ਦੇ ਮੈਂ ਜਾ ਕੇ ਉਹ ਤੇਰੀ ਕਵਰ ਮੈਂ ਇੱਥੇ ਕੱਢ ਦੇਣੀ ਹੈ ਇੱਥੇ ਮੈਂ ਤੇਰੇ ਫ੍ਰੀ ਫੁੱਲ ਪਾ ਦੇਣੇ ਇੱਥੇ ਲਿਖ ਕਾਦੇ ਕਰ ਦੇਣੀ ਮੈਂ ਤੈਨੂੰ ਪੈਸੇ ਦਿੱਤੇ ਮੇਰੀ ਕਵਰ ਕੱਢ ਦੇ ਹੈ ਜਾ ਤੇਰੀ ਖੈਰ ਹੋ ਗਈ ਕੈਸਾ ਤੇਰਾ ਮੂੰਹ ਕਬਰਾਂ ਕੱਢਣ ਵਾਲਾ ਸਹੀ ਕਹਿੰਦਾ ਤੂੰ ਜਾ ਕਬਰ ਕੱਢਦੀ ਤੇਰੀ ਤੁਰ ਜਾ ਚੁੱਪ ਦੇ ਬੋਲ ਉਸੇ ਮੈਨੂੰ ਜਿਹੜੇ ਭਰਾ ਦੀ ਗੱਲ ਤੇ ਪਾਉਣੇ ਉਹ ਵੱਖਰੇ ਕਰ ਤੇ ਜਿਹੜੇ ਬਾਈ ਦੀ ਕਬਰ ਤੇ ਪਾਉਣੇ ਵੱਖਰੇ ਕਰ ਰਾਜ ਮਿਕਸ ਹੋ ਗਿਆ ਤੇ ਫੇ ਉਹ ਯਾਰ ਮੇਰੀ ਛੱਡ ਕੇ ਤੇਰੀ ਆ ਉਹ ਮੈਂ ਵੇਲਾ ਮੈਨੂੰ ਕੰਮ ਜਾਂ ਗੋਜ ਮੈਂ ਕਰਦਾ ਰੂੰ ਵੱਖਰੇ ਵੱਖਰੇ ਇੱਕ ਕੰਮ ਕਰ ਸਕਦਾ ਮੈਂ ਦੋ ਕੰਮ ਕਰ ਸਕਦਾ ਮੇਰੇ ਕੋਲ ਤੇ ਟਾਈਮ ਹੀ ਟਾਈਮ ਜਾ ਫੇ ਕਰਿਆ ਦੋ ਵੇ ਕੰਮ ਫੇ ਆ ਜੀ ਕਿਹੜਾ ਆ ਤੇਰੀ ਖਾਤਰ ਮੈਂ ਦੁਕਾਨ ਬੰਦ ਕਰ ਦੇਣੀ ਤੇਰੀ ਵਜ੍ਹਾ ਤੋਂ ਤੇਰੀ ਵਜ੍ਹਾ ਤੋਂ ਮੈਂ ਦੁਕਾਨ ਬੰਦ ਕਰ ਦੇਣੀ ਇਦਾਂ ਦੇ ਗਾਹ ਕੌਣ ਲੱਗ ਪਏ ਮੰਮੀ ਮੈਂ ਵੀ ਸ਼ਾਪਿੰਗ ਕਰਨੀ ਛੱਡ ਦੇਣੀ ਕਿਹੋ ਜਿਹੇ ਦੁਕਾਨਦਾਰ ਆਉਣ ਲੱਗ ਪਏ ਉਹ ਤੂੰ ਆਇਆ ਕਿੱਥੋਂ ਭਰਾ ਮੈਨੂੰ ਇਹ ਦੱਸ ਦੇ ਪਹਿਲਾਂ ਯਾਰ ਮੈਂ ਤੈਨੂੰ ਦੱਸਣਾ ਨਹੀਂ ਮੈਂ ਤੈਨੂੰ ਦਸਾਉਣਾ ਹੀ ਜਾ ਆਇਆ ਕਿੱਥੋਂ ਤੂੰ ਉਹ ਜਿਹੜਾ ਬੁੱਕੇ ਆ ਨਾ ਉਹ ਆ ਮੁੱਕੇ ਆ ਉਹ ਬੜੀ ਦੇਰ ਦੇ ਮੁੱਕੇ ਉਹ ਜਿਹੜੇ ਬੁੱਕੇ ਆ ਭਾਈ ਤੂੰ ਜਿਹੜਾ ਵੱਡਾ ਬੁੱਕੇ ਨਹੀਂ ਯਾਰ ਉਹ ਗੁਲਾਬ ਵਾਲਾ ਮੈਂ ਤੈਨੂੰ ਕਹਿਣ ਦਿਆ ਨਹੀਂ ਵੱਡਾ ਬੁੱਕੇ ਤੂੰ ਕੰਮ ਤੇ ਲਵਾਉਣਾ ਉਹ ਵੱਡਾ ਬੁੱਕੇ ਸੁਣ ਲੈਣੇ ਪਹਿਲੇ ਭਾਈ ਉਹ ਜਿਹੜਾ ਵੱਡਾ ਬੁੱਕੇ ਨਾ ਹਾਂ ਉਹ ਤੇ ਬਿਲਕੁਲ ਨਹੀਂ ਮੈਂ ਲੈਣਾ ਅੱਛਾ ਉਹ ਨਾਲ ਆ ਕੋਈ ਰੋਲਾ ਨਹੀਂ ਉਹਦੇ ਨਾਲ ਦਾ ਜਿਹੜਾ ਉਹਦੇ ਨਾਲ ਦਾ ਉਹ ਕੀ ਬਾਤ ਹੈ ਛੱਡ ਦੇ ਉਹਨੂੰ ਉਹ ਜਿਹੜਾ ਉਸ ਦੇ ਨਾਲ ਪਿਆ ਨਾ ਉਹ ਵਾਲਾ ਹਾਂ ਹਾਂ ਉਹ ਪਿੱਛੇ ਲਾ ਕੇ ਦੇ ਉਹ ਠੀਕ ਨਹੀਂ ਹੈਗਾ ਉਹ ਪਿੱਛੇ ਰੱਖੀ ਦਾ ਇਹੋ ਜਿਹਾ ਅੱਛਾ ਪਹਿਲਾ ਲੈਣਾ ਨਹੀਂ ਦੂਜਾ ਛੱਡ ਦੇ ਤੀਜਾ ਪਿੱਛੇ ਲਾ ਦੇ ਆਹੋ ਤੇ ਚੌਥਾ ਚੌਥਾ ਕਿ ਤੂੰ ਆਪ ਸਮਝਦਾਰ ਆ ਕਿਉਂ ਕਿਤੇ ਦੱਬ ਦਵਾਵਾਂ ਹੁਣ ਜੋ ਮਰਜ਼ੀ ਕਰ ਤੇਰਾ ਮਾਲ ਆ ਸੋਹਣਿਆ ਉਹ ਮਾਲ ਭਰਾਵਾ ਮਾਲ ਤੇ ਮੇਰਾ ਵਾ ਪਰ ਤੇਰਾ ਹਾਲ ਕੋਈ ਨਹੀਂ ਤੇਰੇ ਕੋ ਫੁੱਲ ਹੈ ਹੁਣ ਕਬਰ ਤੇ ਪਾਉਣ ਵਾਲੇ ਵੱਡੇ ਭਰਾ ਦੀ ਗੱਲ ਤੇ ਪਾਉਣ ਵਾਲੇ ਕਿ ਨਹੀਂ ਉਹ ਵੀਰ ਮੇਰੇ ਆ ਇਹ ਲੈ ਜਾ ਆ ਬੁੱਕੇ ਤੇ ਹੋ ਗਿਆ ਵੱਡੇ ਭਰਾ ਦੀ ਗੱਲ ਤੇ ਪਾਉਣ ਵਾਲੇ ਅੱਛਾ ਮੇਰੀ ਗੱਲ ਸੁਣ ਲੈ ਹਾਂ ਇਹ ਬੁੱਕੇ ਮੇਰਾ ਵੀਰ ਦੋ ਲੈ ਜਾ ਮੇਰੇ ਨਾਲੋਂ ਬੈਠਕ ਚ ਲਾ ਕਿਸੇ ਮਰੀਜ਼ ਨੂੰ ਦੇ ਕਿਸੇ ਲਾਸ਼ ਨੂੰ ਦੇ ਕਿਸੇ ਕਬਰ ਤੇ ਪਾ ਮੇਰੇ ਨਾਲੋਂ ਹਾਂਡੀ ਚ ਪਾ ਮੈਨੂੰ ਕੋਈ ਇਤਰਾਜ਼ ਨਹੀਂ ਤੁਹਾਡਾ ਅਸਲ ਨਾ ਦਿਮਾਗ ਖਰਾਬ ਕੀਤਾ ਆਸ਼ਕਾਂ ਨੇ ਜਿਹੜੇ ਆ ਨਹੀਂ ਜਾਂਦੇ ਵੈਲੈਂਟਾਈਨ ਡੇ ਤੇ 2700 ਦਾ ਇੱਕ ਫੁੱਲ ਦੇ ਦਿੱਤਾ ਉਹਨੂੰ ਲੈ ਵੀ ਜਾਂਦੇ ਉਹ ਭਰਾਵਾ ਅਸੀਂ ਮਹਿੰਗਾਈ ਉਹ ਭਰਾਵਾ ਐਡੇ ਮਹਿੰਗੇ ਫੁੱਲ ਅਸੀਂ ਨਹੀਂ ਵੇਚਦੇ ਅਸੀਂ ਸਸਤਾ ਕੰਮ ਕਰਦੇ ਕਿ ਆਮ ਆਦਮੀ ਵੀ ਲੈ ਕੇ ਜਾ ਸਕਦਾ ਮੈਂ ਤੈਨੂੰ ਸਿੱਧਾ ਕਹਿੰਦਾ ਵੀ ਕਬਰ ਤੇ ਪਾਉਣ ਵਾਲੇ ਤੇ ਤੈਨੂੰ ਤਾਂ ਬਿਲਕੁਲ ਫ੍ਰੀ ਦੇਣੇ ਚਾਹੀਦੇ ਨੇ ਯਾਰ ਕਬਰ ਤੇ ਪਾਉਣੇ ਯਾਰ ਓਹੋ ਕੱਲ ਨੂੰ ਤੇਰਾ ਵੀ ਪਿਓ ਮਰ ਸਕਦਾ ਹੈ ਮਰਿਆ ਕਿ ਨਹੀਂ ਆਖਰ ਮਰਨਾ ਹੀ ਹੈ ਨਾ ਕਿ ਮੈਂ ਤੈਨੂੰ ਫ੍ਰੀ ਫੁੱਲ ਦੇ ਦਵਾਂ ਇਹ ਤੈਨੂੰ ਪਿਓ ਮਰਨਾ ਤੇ ਤੈਨੂੰ ਕਦਰ ਹੋਣੀ ਹੈ ਕਿ ਪਿਓ ਦੀ ਕਬਰ ਤੇ ਫੁੱਲ ਕਹਿੰਦੇ ਪਾਈ ਤੇ ਤੈਨੂੰ ਯਾਦ ਨਹੀਂ ਕਿ ਤੈਨੂੰ ਲੋਕ ਨਾ ਯਾਰ ਤੁਹਾਡੀ ਇਨਸਾਨ ਕਿ ਤੂੰ ਮਰ ਗਈ ਖੁਦਾ ਦੀ ਦੋਸਤਾ ਮੇਰੀ ਗੱਲ ਸੁਣ ਰੋ ਨਾ ਅੱਲਾ ਕਰੇ ਤੇਰਾ ਪਿਓ ਮਰੇ ਤੈਨੂੰ ਪਤਾ ਲੱਗੇ ਨਾ ਰੋ ਬਹੁਤ ਬੁਰਾ ਲੱਗਦਾ ਹੱਸ ਕੇ ਗੱਲ ਕਰੀ ਦੀ ਹੈ ਅੱਛਾ ਕਬਰ ਵਾਲੀ ਗੱਲ ਹੱਸ ਕੇ ਕਰੀ ਦੀ ਤੁਹਾਡੇ ਖਾਨਦਾਨ ਦੇ ਹੱਸ ਕੇ ਕਰਦੇ ਕਬਰ ਵਾਲੀ ਵੈਸੇ ਮੈਂ ਕਹਿ ਰਿਹਾ ਮੇਰਾ ਆ ਦੇ ਨਾ ਤੂੰ ਫੁੱਲ ਲੈਣ ਆਇਆ ਤੂੰ ਤਾਂ ਰੋਈ ਜਾਣ ਨੇ ਤੇ ਵੀ ਤੇਰਾ ਸਾਈਕਲ ਚੁੱਕਿਆ ਗਿਆ ਨਹੀਂ ਹੁਣ ਅੱਬਾ ਜੀ ਦੀ ਕਬਰ ਤੇ ਫੁੱਲ ਪਾਉਣੇ ਤੇ ਮੈਂ ਤੈਨੂੰ ਕਹਾਂ ਕਬਰ ਤੇ ਪਾਣੇ ਯਾਰ ਫੇਰ ਠੀਕ ਹੈ ਤੂੰ ਅੱਬਾ ਜੀ ਦੀ ਕਬਰ ਤੇ ਲਾਜ਼ਮੀ ਫੁੱਲ ਪਾਉਣੇ ਹੈ ਉਹ ਤੇ ਲਾਜ਼ਮੀ ਫੁੱਲ ਪਾਉਣੇ ਆ ਹੋਰ ਅੱਬੇ ਦੀ ਕਬਰ ਤੇ ਬੋਝ ਪਾਈਦਾ ਹੁਣ ਤਾਂ ਫੁੱਲ ਹੀ ਪਾਉਣੇ ਉਹਦੇ ਉੱਤੇ ਨਹੀਂ ਤੂੰ ਲਾਜ਼ਮੀ ਕਿਤੇ ਤੈਨੂੰ ਕਿਤੇ ਦੱਸਿਆ ਕਿਸੇ ਨੇ ਵੀ ਫੁੱਲ ਹੀ ਪਾਉਣੇ ਯਾਰ ਮੈਂ ਫੁੱਲ ਪਾਉਣੇ ਜੋ ਤੇਰੇ ਕੋ ਹੁੰਦਾ ਤੂੰ ਕਰ ਲੈ ਕਬਰ ਕੱਚੀ ਆ ਕੇ ਪੱਕੀ ਹੈ ਕਬਰ ਕੱਚੀ ਆ ਕੇ ਪੱਕੀ ਦਰਮਿਆਨੀ ਜੀ ਹਾਲੇ ਨਾ ਨਾ ਕੱਚੀ ਆ ਨਾ ਪੱਕੀ ਇਹਨੇ ਹਾਲੇ ਪੱਕ ਰਹੀ ਹੈ ਜੀ ਹਾਲੇ ਪੱਕ ਫੇ ਨਾ ਗੁਲਾਬ ਪਾ ਤੇਰਾ ਪਿਓ ਨਹੀਂ ਨਾ ਮਰਿਆ ਸੋਹਣਿਆ ਤੈਨੂੰ ਆਉਂਦੀਆਂ ਗੱਲਾਂ ਉਹ ਬਸ ਕਰ ਜਾ ਤੇਰਾ ਮਰ ਗਿਆ ਬੱਠੀ ਗੱਲ ਦੀ ਮਰੇ ਪਿਓ ਤੈਨੂੰ ਕਦਰ ਹੋਵੇ ਫੁੱਲ ਲਈ ਤੇ ਕਹਿੰਦਾ ਤੇ ਫੁੱਲ ਵਿੱਚ ਤੇ ਉਹ ਨਾ ਰੋਗ ਰੋਣਾ ਕਰ ਲਈ ਤੂੰ ਤੇਰਾ ਯਾਰ ਨਹੀਂ ਤੈਨੂੰ ਲੋਗਨ ਉਹ ਨਾ ਯਾਰਾ ਦੋਸਤਾ ਤੂੰ ਲੈ ਜਾ ਯਾਰ ਜੋ ਕੁਛ ਤੈਨੂੰ ਚਾਹੀਦਾ ਪਰ ਇਦਾਂ ਦਾ ਮੂੰਹ ਨਾ ਕਰ ਬੜਾ ਅਬਾਲੂ ਜਿਹਾ ਮੂੰਹ ਕਰ ਲਿਆ ਤੂੰ ਮੈਨੂੰ ਖੌਫ ਆਉਣ ਲੱਗ ਪਿਆ ਤੇ ਲੈ ਲਾ ਕੀ ਚਾਹੀਦਾ ਮੈਨੂੰ ਕੋਈ ਡਰੀ ਜਾਂਦਾ ਖੁਦਾ ਕੋ ਨਹੀਂ ਡਰ ਰਿਹਾ ਰੱਬ ਕੋ ਨਹੀਂ ਡਰ ਰਿਹਾ ਤੂੰ ਜੇ ਤੂੰ ਕੋਈ ਡਰਨਾ ਉਹਦੇ ਕੋ ਡਰੋ ਫੁੱਲ ਵੇਚਣਾ ਹੀ ਨਹੀਂ ਤੁਸੀਂ ਵੀ ਛੇਤੀ ਮਰੋ ਕੁਛ ਆ ਲਵੋ ਹੱਦ ਹੁੰਦੀ ਯਾਰ ਕਿਸੇ ਗੱਲ ਹੱਦ ਤੇ ਹੁੰਦੀ ਹੈ ਤੇਰੀ ਕੋਈ ਗੱਲ ਵੀ ਹੁੰਦੀ ਹੈ ਕਿ ਛੱਡ ਦੇ ਤੂੰ ਗੱਲ ਵੀ ਨਹੀਂ ਹੁੰਦੀ ਮੈਂ ਕਿਉਂ ਛੱਡਦਾ ਨਿਆਣੇ ਭੁੱਖੇ ਮਾਰ ਲਵਾਂ ਮੇਰੀ ਦੁਕਾਨਦਾਰੀ ਆ ਹੈ ਮੈਂ ਕਿਉਂ ਛੱਡਦਾ ਨਿਆਣੇ ਤੇਰੇ ਫੁੱਲ ਖਾਂਦੇ ਆ ਜਾਨਵਰ ਆ ਪੱਤੀਆਂ ਖਾਂਦੇ ਆ ਉਹ ਇਤੋਂ ਜਿਹੜੇ ਪੈਸੇ ਕਮਾਈਦੇ ਆ ਉਹ ਲਿਜਾ ਕੇ ਬੱਚਿਆਂ ਨੂੰ ਕੁਹਾਂਡੀ ਰੋਟੀ ਦੇਈਦਾ ਇਦਾਂ ਹੀ ਚੱਲਦਾ ਕੰਮ ਮੈਂ ਕਿਹਾ ਪਤਾ ਨਹੀਂ ਬੱਚੇ ਤੇਰੇ ਬੱਕਰੀ ਦੇ ਬੱਚੇ ਆ ਵੀ ਉਹ ਪੱਤੀਆਂ ਖਾਂਦੇ ਹਰਿਆਲੀ ਖਾਂਦੇ ਆ ਇੱਥੋਂ ਅੱਛਾ ਹੁਣ ਕਿਹੜਾ ਪਸੰਦ ਕਰੋ ਗੱਲਾਂ ਬਹੁਤ ਕਰ ਲਈਆਂ ਤੁਸੀਂ ਦੱਸੋ ਭਾਜੀ ਉਹ ਜਿਹੜਾ ਉਹਦੀਆਂ ਪੱਤੀਆਂ ਪੁੱਤੀਆਂ ਲਾ ਮੈਂ ਤੇ ਉਹੀ ਲੈਣਾ ਹੀ ਵੱਡੇ ਭਰਾ ਦੀ ਗੱਲ ਤੇ ਉਹ ਪਾਉਣੇ ਆ ਤੇ ਅੱਬਾ ਜੀ ਦੀ ਕਬਰ ਤੇ ਪਾਉਣ ਵਾਲੇ ਮੈਨੂੰ ਵਹਾ ਉਹਨੂੰ ਕਦੀ ਕਬਰਾਂ ਵਾਲੇ ਫੁੱਲ ਨਹੀਂ ਵੇਚੋ ਤੁਸੀਂ ਮਰਨਾ ਨਹੀਂ ਤੁਸੀਂ ਲੋਕਾਂ ਨੇ ਓਏ ਫੁੱਲ ਮੇਰੇ ਵੱਲ ਤੂੰ ਕਬਰ ਤੇ ਪਾ ਭਾਵਾਂ ਕਿਤੇ ਛੱਤ ਤੇ ਪਾ ਲੈ ਜਾ ਮੇਰੇ ਵੱਲ ਜਿੱਥੇ ਮਰਜ਼ੀ ਪਾ ਲਾ ਮੈਂ ਤੈਨੂੰ ਕਹਿਣ ਡਿਆ ਕਹਿਣ ਡਿਆ ਤੂੰ ਅੱਛਾ ਹੁਣ ਸੇਰੀ ਖਾਈ ਜਾਣਾ ਕੋਈ ਪਤਾ ਲੱਗੇ ਕਿ ਲੈਣੇ ਕਿਹੜੇ ਮੇਰੇ ਭਰਾ ਨੇ ਕਬਰ ਦੇ ਪਾਉਣ ਵਾਲੇ ਮੇਰੇ ਖਿਆਲ ਤੈਨੂੰ ਮੈਨੂੰ ਸਮਝ ਨਹੀਂ ਆਉਣੀ ਤੂੰ ਮੇਰੇ ਨਾਲ ਕਬਰਸਤਾਨ ਚੱਲ ਮੈਂ ਤੈਨੂੰ ਕਬਰ ਵਹਾਉਣਾ ਚੱਲਾਂ ਦਿੰਦਾ ਮੈਂ ਤੈਨੂੰ ਕਬਰ ਵਹਾ ਦਿੰਦਾ ਤੂੰ ਵੇਖ ਕੇ ਦੱਸ ਵੀ ਇੱਥੇ ਕਿਹੜੇ ਅੱਛੇ ਲੱਗਣਗੇ ਆ ਮੇਰੇ ਨਾਲ ਉਹ ਭਰਾਵਾ ਤੂੰ ਇਕੱਲਾ ਹੀ ਜਾਂ ਮੈਂ ਕਿਉਂ ਜਾਵਾਂ ਤੇਰੇ ਨਾਲ ਨਹੀਂ ਆ ਜਾ ਨਾ ਉਹ ਮੇਰੀ ਦੁਕਾਨ ਦਾ ਉਹ ਮੇਰੀ ਦੁਕਾਨਦਾਰੀ ਦਾ ਟਾਈਮ ਆ ਤੂੰ ਆਪ ਜਾ ਨਹੀਂ ਜਾਣਾ ਤੂੰ ਮੈਂ ਕਿਉਂ ਜਾਵਾਂ ਮੈਂ ਤੈਨੂੰ ਕਬਰ ਦੀ ਫੋਟੋ ਖਿੱਚ ਕੇ ਵਟਸ
ਕਿਤੇ ਹੋਰ ਲੈ ਲਾ, ਹੋਰ ਦੁਕਾਨਾਂ ਬਹੁਤ ਉੱਥੋਂ ਲੈ ਲਈ, ਨਾਲੇ ਤੇਰੇ ਹੱਥ 'ਚ ਫੁੱਲ ਜੱਚਦੇ ਨਹੀਂ ਹੈਗੇ। ਤੇਰਾ ਪਿਓ ਨਹੀਂ ਨਾ ਮਰਿਆ? ਉਹ ਬਸ ਕਰ ਜਾ ਓਏ, ਤੂੰ ਲੱਗ ਤੋਂ ਮਰ ਜਾ, ਅੱਲਾ ਕਰੇ ਤੇਰਾ ਪਿਓ ਮਰੇ ਤੇਰੇ ਵੱਲ ਦੇਖ ਕੇ, ਜਾ ਨਿਕਲ ਜਾ। ਉਹਦੀਆਂ ਤਿੰਨ ਕਬਰਾਂ ਬਣਨ, ਤਿੰਨ ਹਿੱਸਿਆਂ 'ਚ ਹੋਵੇ ਤੇਰਾ ਪਿਓ, ਤੈਨੂੰ ਪਤਾ ਲੱਗੇ ਖਾਣਾ ਖਰਾਬ ਜਾ ਪੁੱਤਰਾ, ਫੁੱਲ ਪਾਉਣੇ ਕਿੱਥੇ ਕਿੱਥੇ? ਇਹ ਕਿਹੜਾ ਪੈਕੇਜ ਕਰਾ ਦਿੱਤਾ ਤੂੰ ਇੱਕ ਬੰਦੇ ਦੀਆਂ ਤਿੰਨ? ਜਾ ਜਾ ਨਿਕਲ ਜਾ, ਤੇਰਾ ਪਿਓ ਨਹੀਂ ਨਾ ਮਰੇ। ਉਹ ਜਾ ਦਫਾ ਹੋ ਪਰੇ, ਉਹ ਇੱਕ ਮਿੰਟ ਨਿਕਲ ਜਾ, ਪਤਾ ਨਹੀਂ ਕਿੱਥੋਂ ਆ ਗਿਆ ਯਾਰ, ਉਹ ਆ ਦੇਖੋ।